ਅਸਲਾਮ ਵਾਲੇਕਮ ਦੋਸਤੋ, ਤੁਸੀਂ ਵੇਖ ਰਹੇ ਹੋ ਨੀਲੀ ਬ੍ਰੈਂਡ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਸਜਾਦ ਅਖਤਰ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਔਰ ਨਾਲ ਹੀ ਲੱਗੇ ਬੈਲ ਆਈਕੋਨ ਦੇ ਬਟਨ ਕਰੋ ਪ੍ਰੈਸ, ਤਾਂ ਕਿ ਸਾਡੀ ਨਵੀਂ ਔਰ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚੇ ਮੇਰੇ ਵੀਰਾਂ ਭਰਾਵਾਂ ਤੱਕ ਬਆਸਾਨੀ। ਔਰ ਵੀਡੀਓ ਵੇਖੋ ਸਭ ਤੋਂ ਪਹਿਲੇ। ਅੱਜ ਭਰਾਵਾਂ ਨਾਲ ਜਨਾਬ ਦੋ ਮੱਝਾਂ ਵਾਲੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਮਾਲਕਾਂ ਕੋਲ ਉਹਨਾਂ ਦਾ ਹਿਸਾਬ ਤਾਂ ਪੁੱਛਾਂਗੇ ਕਿ ਸੂਈ ਹੋਈ ਹੈ ਜਾਂ ਸੂਣ ਵਾਲੀ ਹੈ, ਨੰਬਰ ਇੱਕ, ਦੋ ਨੰਬਰ ਦਾ ਕੀ ਹਿਸਾਬ ਤਾਂ ਹੋਵੇ। ਪਹਿਲੇ ਜਨਾਬ ਇਸ ਮਾਈਕ ਤੇ ਲਾਓ, ਜਨਾਬ ਵੇਖ ਸਕਦੇ ਹੋ ਵੀਰਾਂ ਦੀ ਨਜ਼ਰ ਹੈ, ਥੱਬੇ ਦਾ ਪੁੱਠਾ ਜਨਾਬ ਵੀਰਾਂ ਦੀ ਨਜ਼ਰ ਹੈ, ਪੰਡਾਂ ਦਾ ਹਵਾਨਾ ਲਾਈ ਫਿਰਦੀ ਹੈ, ਮੁੱਠ ਭਰ ਥਾਣੇ ਪੂਰੀ ਲੋਕੇਸ਼ਨ 'ਤੇ, ਗਿੱਠ ਗਿੱਠ ਦੀ ਵਿਰਲ 'ਤੇ ਜਨਾਬ, ਬਰੀਕ ਧਾਗੇ ਵਰਗੀ ਪੂਛਲ ਹੈ, ਪੂਰੀ ਮੱਝ 'ਤੇ ਪਸ਼ਮ ਹੈ। ਮਾਸ਼ਾਅੱਲਾ ਵੇਖ ਸਕਦੇ ਹੋ, ਇੰਝ ਲੱਗੇ ਨੇ ਥਣ ਜਿਵੇਂ ਚਾਰਾਂ ਨੁਕਰਾਂ 'ਤੇ ਪੀੜ੍ਹੀ ਨੂੰ ਪਾਵੇ ਲੱਗੇ ਹੁੰਦੇ ਨੇ ਜਨਾਬ, ਅਤੇ ਪੂਰੀਆਂ ਵੰਡਾਂ ਜਨਾਬ, ਮੁੱਠ ਭਰ ਥਣ ਵੀਰਾਂ ਦੀ ਨਜ਼ਰ ਹੈ, ਤੁੰਨੀ ਤੋਂ ਲੈ ਕੇ ਅਸਾਰ ਤੱਕ ਹਵਾਨਾ ਹੈ। ਮਜ਼ੀਦ ਇਨਸ਼ਾਅੱਲਾ ਇਹ ਪੁੱਛਾਂਗੇ ਮਾਲਕਾਂ ਕੋਲੋਂ ਕਿ ਸੂਣ 'ਚ ਕਿੰਨੇ ਕੁ ਦਿਨ ਲੈਂਦੀ ਹੈ। ਬਰੀਕ ਚਮੜੀ ਜਨਾਬ ਵੇਖ ਸਕਦੇ ਹੋ, ਧਾਗੇ ਵਰਗੀ ਇਹ ਕੱਢੀ, ਅੱਗੋਂ ਕੱਟੀ ਹੈ, ਪਿੱਛੋਂ ਮੱਝ ਹੈ ਜਨਾਬ। ਤਸੱਲੀਆਂ ਹਰ ਇੱਕ ਚੀਜ਼ ਦੀਆਂ ਗਰੰਟੀਆਂ ਮਾਲਕ ਦੇਣਗੇ, ਥਣਾਂ 'ਚ ਗੰਢ ਮਰੋੜੀ ਦਾ, ਫੁਹਾਰ ਛੱਟੇ ਦੀ, ਹਰ ਇੱਕ ਚੀਜ਼ ਦੀ ਤਸੱਲੀ ਕਰਾਵਾਂਗੇ ਜਨਾਬ। ਮਾਸ਼ਾਅੱਲਾ ਵੇਖ ਸਕਦੇ ਹੋ, ਪਿਛਲੇ ਖੁਰ ਦੋਵੇਂ ਸਫੈਦ ਨੇ, ਅਗਲੇ ਕਾਲੇ ਨੇ, ਕਤਰੀ ਕਤਰੀ ਸਿਰ ਲੱਗਿਆ, ਮੱਥਾ ਸਫੈਦ, ਚਿੱਟੀ ਸਫੈਦ ਅੱਖ ਹੈ ਜਨਾਬ, ਕੰਨਾਂ ਵਿੱਚ ਗਿੱਠ ਗਿੱਠ ਪਸ਼ਮ ਹੈ, ਵੀਰਾਂ ਦੀ ਨਜ਼ਰ ਹੈ, ਵੇਖ ਸਕਦੇ ਹੋ। ਮਾਸ਼ਾਅੱਲਾ ਝੋਟੀ ਜਨਾਬ ਪਿਓਰ ਨੀਲੀ ਦੀ, ਅਤੇ ਨੀਲੀ ਦਾ ਤੋਹਫ਼ਾ ਜਿਹੜਾ ਵੀਰ ਭਰਾ ਲੈ ਜਾਏਗਾ, ਇਨਸ਼ਾਅੱਲਾ ਦੁਆਵਾਂ ਦੇਗਾ ਸਾਨੂੰ ਵੀ, ਅਤੇ ਜਿਨ੍ਹਾਂ ਕੋਲੋਂ ਅਸੀਂ ਲੈ ਕੇ ਦੇਵਾਂਗੇ ਉਹਨਾਂ ਮਾਲਕਾਂ ਨੂੰ ਵੀ। ਮਾਸ਼ਾਅੱਲਾ ਦੇ ਇੱਕ ਮਿੰਟ ਲਾਜ਼ਮੀ ਆਣਗੇ ਜਨਾਬ ਅੱਜ ਦੀ ਵੀਡੀਓ 'ਚ, ਵੇਖ ਸਕਦੇ ਹੋ। ਅੱਜ ਜਨਾਬ 2023 ਦਾ ਪਹਿਲਾ ਦਿਨ ਅਤੇ ਪਹਿਲੀ ਵੀਡੀਓ, ਮਾਸ਼ਾਅੱਲਾ ਵੀਰਾਂ ਦੀ ਨਜ਼ਰ ਹੈ, ਤੁੰਨੀ ਤੋਂ ਲੈ ਕੇ ਸਾਰ ਤੱਕ ਹਵਾਨਾ ਚੈੱਕ ਕਰ ਸਕਦੇ ਹੋ। ਮਾਸ਼ਾਅੱਲਾ ਇਹਨੂੰ ਭਜਨ ਤੋਰਾਂ ਥੋੜ੍ਹਾ ਜਿਹਾ। ਝੋਟੀ ਨੰਬਰ ਇੱਕ ਵੀਰਾਂ ਦੀ ਨਜ਼ਰ ਹੈ, ਇਨਸ਼ਾਅੱਲਾ ਉਮੀਦ ਹੈ ਦੋਸਤਾਂ ਨੂੰ ਪਸੰਦ ਲਾਜ਼ਮੀ ਆਵੇਗੀ। ਤੁਰਦੀ ਫਿਰਦੀ ਵੀਰਾਂ ਦੀ ਨਜ਼ਰ ਹੈ, ਮਾਸ਼ਾਅੱਲਾ ਕੱਦ ਵੇਲ ਲੰਬਾਈਆਂ, ਲੰਮੀ ਧੋਣ ਹੈ ਜਨਾਬ, 2 ਮੀਟਰ ਦੀ ਜਿਵੇਂ ਧੋਣ ਹੁੰਦੀ ਹੈ, ਵੇਖ ਸਕਦੇ ਹੋ ਬਰੀਕ ਬੂਥੀ ਹੈ। ਮੱਥੇ ਜਿਹੜੀ ਉੱਚੀ ਝੋਟੀ, ਮਾਸ਼ਾਅੱਲਾ ਤੁਰਨ ਫਿਰਨ ਦੇ ਵਿੱਚ ਕੋਈ ਮਸਲਾ ਨਹੀਂ ਇਸ ਦੇ ਵਿੱਚ। ਇਹ ਜਨਾਬ ਝੋਟੀ ਤੋਹਫ਼ਾ ਵੀਰਾਂ ਵਾਸਤੇ, ਜਿਹੜਾ ਲੈ ਜਾਏਗਾ ਇਨਸ਼ਾਅੱਲਾ ਇਨਸ਼ਾਅੱਲਾ ਯਾਦ ਕਰੇਗਾ ਦੁੱਧ ਦੀ ਨਹਿਰ ਹੈ। ਇਹਨੂੰ ਭਜਨ ਬੰਨ ਦਿਓ ਅਤੇ ਇਸ ਦਾ ਦੱਸ ਦਿਓ ਸਾਨੂੰ ਕੀ ਸਾਖਤਾ ਵੇ, ਭਜਨ ਕੀ ਹਾਲ ਹੈ? ਅੱਲਾਹ ਦਾ ਸ਼ੁਕਰ ਹੈ। ਇਹ ਜਨਾਬ ਆਪਣੀ ਮੱਝ ਕਿੰਨਵਾਂ ਸੁਬਾਹ ਸੁਣਦੀ? ਦੂਜਾ ਸੁਬਾਹ ਸੁਣਿਆ। ਸੁਣ 'ਚ ਕਿੰਨੇ ਦਿਨ ਲੈ ਜਾਏ? ਪੰਜ ਦਿਨ ਚਾਰ ਦਿਨ ਲੈ ਜਾਏਗੀ। ਇਹ ਜਨਾਬ ਕੋਈ ਦੁੱਧ ਦਾ ਰਿਕਾਰਡ ਕੋਈ ਪਹਿਲੇ ਸੂਬੇ ਦੱਸਦਾ? ਪਹਿਲੇ ਸੂਬੇ ਜੀ ਮਾਲਕ ਆਉਂਦੇ ਆ ਸਾਡੀ ਮਾਂ ਕਰਦੀ ਰਹੀ ਹੈ, 14-15 ਮਿੰਟ ਪਹਿਲੇ ਸੂਬੇ 14-15 ਦੋ ਟਾਈਮ ਕਰਦੀ ਰਹੀ ਹੈ ਜੀ। ਹੁਣ ਮਜ਼ੀਦ ਇਨਸ਼ਾਅੱਲਾ ਵਧੇਗੀ। ਉਹ ਬੰਦੇ ਨੇ ਅੱਜ ਕਿੱਥੇ ਅੱਲਾਹ ਤਾਲਾ ਦਾ ਘਰ ਵੇਖਿਆ, ਉਹ ਬੰਦਾ ਕੂੜ ਨਹੀਂ ਮਾਰਦਾ ਜਿੰਦ ਤੋਂ ਮੈਂ। ਠੀਕ ਹੋ ਗਿਆ ਜਨਾਬ, ਅੱਗੋਂ ਤੁਸੀਂ ਲਿਆਂਦੀ? ਹਾਂਜੀ ਠੀਕ ਹੋ ਗਿਆ। ਮਜ਼ੀਦ 4-5 ਦਿਨ ਸੂਣ 'ਚ ਲੈ ਜਾਏਗੀ, ਛੇੜ ਦੀ ਸਦਾ ਦਿਨ ਬਾਹਰ ਰਹਿੰਦੇ ਸੀ ਮੂੰਹ ਦੇ ਚਾਰੇ ਤੇ। ਮਾਸ਼ਾਅੱਲਾ ਜੀ, ਗੰਨ ਮਰੋੜੀ ਫੁਹਾਰ ਛੱਟਾ ਕਿਸੇ ਕਿਸਮ ਦਾ ਤਸੱਲੀਆਂ ਕਰਾ ਕੇ ਦੇਵਾਂਗੇ ਜਿਹੜੇ ਭਰਾ ਨੇ ਲਈ, ਆਪਾਂ ਤਸੱਲੀਆਂ ਕਰਾ। ਠੀਕ ਹੋ ਗਿਆ ਜਨਾਬ, ਇਸ ਦੀ ਡਿਮਾਂਡ ਦੱਸੋ ਜਿਹੜੀ ਪਿਆਰ ਮੁਹੱਬਤ ਵਾਲੀ ਆਪਾਂ ਲੈਣੀ ਹੈ। ਇਹਦਾ 3,85,000 ਰੁਪਈਆ ਮੁੱਲ, 3,85,000 ਮੁੱਲ ਫਾਈਨਲ ਹੈ ਜਾਂ ਮਜ਼ੀਦ ਕੋਈ ਪਿਆਰ ਮੁਹੱਬਤ ਕਰੋਗੇ? ਫਾਈਨਲ ਮੁੱਲ ਪਿਆਰ ਮੁਹੱਬਤ ਆਪਾਂ ਕਰ ਲਵਾਂਗੇ। ਦੱਸੋ ਹਾਂ ਕੋਈ ਹੋਣ ਕਰੋ ਕੋਈ ਥੋੜ੍ਹਾ ਬਹੁਤਾ ਪਿਆਰ ਮੁਹੱਬਤ? 3,80,000 ਰੁਪਈਆ ਫਾਈਨਲ ਮੁੱਲ, 3,80,000 ਫਾਈਨਲ ਹੈ। ਇਹਦੇ ਵਿੱਚੋਂ ਵੀ ਅਗਰ ਕੋਈ ਵੀਰ ਭਰਾ ਬੂਹੇ 'ਤੇ ਆਉਂਦਾ ਹੈ ਅਤੇ ਪਿਆਰ ਮੁਹੱਬਤ ਕਰੋਗੇ? ਜੀ, ਕੋਈ ਪਿਆਰ ਮੁਹੱਬਤ ਮਾੜਾ ਮੋਟਾ ਹੋ ਜਾਵੇ। ਠੀਕ ਹੋ ਗਿਆ ਜਨਾਬ,
ਜੀ ਭਾਈ ਜਾਨ ਮੱਝ ਨੰਬਰ 2 ਤੇ ਲਾਓ, ਮਾਸ਼ਾਅੱਲਾ ਮੱਝ ਵੇਖ ਸਕਦੇ ਹੋ ਪਿਓਰ ਨੀਲੀ ਦੀ, ਬਿੱਲੀਆਂ ਅੱਖਾਂ, ਚਿੱਟੀਆਂ ਸਫੈਦ ਅੱਖਾਂ ਜਨਾਬ, ਮੱਥੇ 'ਤੇ ਜਨਾਬ ਸਫੈਦ ਫੁੱਲੀ ਏ, ਬੋਦੀ ਵਾਲੀ ਮੱਝ ਏ, ਪੂਰੀ ਮੱਝ ਦੇ ਜਿਸਮ 'ਤੇ ਪਸ਼ਮ ਵੇਖ ਸਕਦੇ ਹੋ, ਗਿੱਠ ਗਿੱਠ ਪਸ਼ਮ ਏ, ਤੁੰਨੀ ਕੋੜੀ ਦਾ ਬਿਲਕੁਲ ਨਿਸ਼ਾਨ ਨਹੀਂ ਹੈਗਾ, ਮਾਸ਼ਾਅੱਲਾ ਮੁੱਠ ਭਰ ਥਣ ਏ, ਲਾਟੂ ਵਰਗਾ ਥਣ, ਵੀਰਾਂ ਦੀ ਨਜ਼ਰ ਏ, ਤੁੰਨੀ ਤੋਂ ਲੈ ਕੇ ਅਸਾਰ ਤੱਕ ਹਵਾਨਾ ਹੈ, ਨੀਲੀ ਦੇ ਬਟਨ ਮੌਜੂਦ ਨੇ, ਮਾਸ਼ਾਅੱਲਾ ਵੀਰਾਂ ਦੀ ਨਜ਼ਰ ਏ, ਸਿੰਘ ਵੇਖ ਸਕਦੇ ਹੋ ਜਨਾਬ, ਐਵੇਂ ਦੋ ਉਂਗਲਾਂ ਰੱਖਿਆ ਲੁੱਕ ਜਾਂਦੇ ਨੇ, ਕਤਰੀ ਕਤਰੀ ਸਿਰ ਲੱਗਿਆ, ਮਾਸ਼ਾਅੱਲਾ ਵੀਰਾਂ ਦੀ ਨਜ਼ਰ, ਇੱਕ ਕੱਢੀ ਥੱਬੇ ਦਾ ਪੁੱਠਾ ਜਨਾਬ, ਮਾਸ਼ਾਅੱਲਾ ਅੱਗੋਂ ਬਰੀਕ ਏ, ਪਿੱਛੋਂ ਲੰਮੀ ਏ, ਲੰਮੀ ਧੋਣ ਏ ਜਨਾਬ, ਤਕਰੀਬਨ 2.5 ਤੋਂ 3 ਮੀਟਰ ਦੀ ਧੋਣ ਏ ਜਨਾਬ, ਬਰੀਕ ਹੀ ਬੂਥੀ ਏ ਇਸਦੀ, ਤੁਰਨ ਫਿਰਨ ਦੇ ਵਿੱਚ ਇਸ 'ਤੇ ਕੋਈ ਮਸਲਾ ਨਹੀਂ, ਮਾਸ਼ਾਅੱਲਾ ਵੇਖ ਸਕਦੇ ਹੋ ਮਾਸ਼ਾਅੱਲਾ ਵੇਖ ਸਕਦੇ ਹੋ ਨੀਲੀ ਦੇ ਬਟਨ ਵੀ ਮੌਜੂਦ ਨੇ, ਨੀਲੀ ਦੇ ਵਿੱਚ ਹੀ ਇਸ ਟਾਈਮ ਫਿਰ ਰਹੇ ਹਾਂ ਹਾਜ਼ਰ ਮੌਕੇ, ਮਾਸ਼ਾਅੱਲਾ ਮੁੱਠ ਭਰ ਥਣ, ਪੂਰੀ ਲੋਕੇਸ਼ਨ 'ਤੇ ਗਿੱਠ ਗਿੱਠ ਦੀ ਵਿਰਲੇ, ਮੇਰੇ ਵੀਰ ਭਰਾ ਵੇਖ ਸਕਦੇ ਨੇ, ਇਸ ਦਾ ਵੀ ਮਾਲਕਾਂ ਕੋਲ ਪੁੱਛਾਂਗੇ, ਸੂਈ ਏ ਜਾਂ ਸੂਨ ਵਾਲੀ ਏ, ਕੀ ਹਿਸਾਬ ਕਿਤਾਬ ਇਸ ਦਾ, ਕਿਨਵਾਂ ਸੁਬਾ ਸੂਈ ਏ, ਇਹਨੂੰ ਲਾਲ ਲਾਲ ਚੱਲ ਕੇ ਉੱਥੇ ਬੰਨੋ, ਹਾਂਜੀ ਲਾਲਾ ਜੀ ਜੀ, ਇਹ ਮੱਝ ਜਨਾਬ ਆਪਣੀ ਘਰ ਦੀ ਜਾਂ ਵਪਾਰ ਦੀ? ਨਹੀਂ ਜੀ ਵਪਾਰ ਦੀ। ਠੀਕ ਹੋ ਗਿਆ, ਵਪਾਰ ਦੀ ਹੈ ਜਨਾਬ। ਅੱਛਾ ਕਿਨਵਾਂ ਸੁਬਾ ਸੂਈ ਹੈ ਮੱਝ? ਦੂਜਾ ਸੁਬਾ ਸੂਈ। ਅੱਛਾ ਦੂਜਾ ਸੁਬਾ ਸੂਈ, ਜੈਨੂਇਨ ਦੂਜਾ ਸੁਬਾ ਸੂਈ। ਅੱਛਾ ਇਸ ਟਾਈਮ ਜਨਾਬ ਕਿੰਨਾ ਕੁ ਦੁੱਧ ਕਰ ਰਹੀ ਹੈ? ਕੱਲ ਰਾਤ ਸੂਈ ਹੈ, ਤੀਸਰੀ ਚੁਆਈ ਹਲੇ ਹੋਣ ਹੋਣੀ ਹੈ। ਠੀਕ ਹੋ ਗਿਆ, ਇਹ ਕੱਟੀ ਇਸ ਦੀ ਭਾਈ ਜਾਨ ਮਹਾਰਾਜ, ਇਹ ਇਸ ਦੀ ਕੱਟੀ ਏ, ਮਾਸ਼ਾਅੱਲਾ ਕੱਟੀ ਵੇਖ ਸਕਦੇ ਹੋ ਫੁੱਲ ਬਰੀਕੀਆਂ 'ਚ, ਅਤੇ ਪਿਛਲੇ ਖੋਰਿੰਦੇ ਵੀ ਸਫੈਦ ਨੇ, ਮਾਸ਼ਾਅੱਲਾ ਵੇਖ ਸਕਦੇ ਹੋ। ਅੱਛਾ ਇਸ ਜਨਾਬ ਮੱਝ ਦਾ ਤੂੰ ਗੰਢ ਮਰੋੜੀ ਫੁਆਰ ਛੱਟਾ ਹਰ ਪਾਸੋਂ ਪਾ ਕੇ ਸਬਜ਼ੀਆਂ ਖਿਲਾ ਕੇ ਦੇਵਾਂਗੇ ਵੀਰ। ਅੱਛਾ ਠੀਕ ਹੋ ਗਿਆ ਜਨਾਬ, ਇਹਦੀ ਹੁਣ ਤੀਸਰੀ ਚੁਆਈ ਅੱਜ ਸ਼ਾਮ ਦੀ ਏ ਜਨਾਬ, ਮਾਸ਼ਾਅੱਲਾ। ਅਤੇ ਕਿੰਨੇ ਕੁ ਦਿਨ ਹੋ ਗਿਆ ਸੂਈ ਨੂੰ? ਅੱਛਾ ਦੱਸਦਾ ਤਾਂ ਰਾਤ ਤੁਸੀਂ ਸੂਈ ਕੱਲ ਰਾਤ, ਇਹਦਾ ਕੋਈ ਪਿਆਰ ਮੁਹੱਬਤ ਵਾਲਾ ਮੁੱਲ ਦੱਸੋ। ਨਿਚੋੜ ਦੁੱਧ ਜੀ ਆਪਾਂ ਇਸ ਟਾਈਮ 12-13 ਲੀਟਰ ਚੁਆ ਕੇ, 12-13 ਲੀਟਰ ਦੁੱਧ ਨਿਚੋੜ ਚੁਆਉਂ, ਨਿਚੋੜ ਦੁੱਧ ਆਪਾਂ ਚੁਆਵਾਂਗੇ, ਤਸਲੀਆਂ ਕਰਾ ਕੇ ਦੇਵਾਂਗੇ। ਠੀਕ ਹੋ ਗਿਆ ਜਨਾਬ, ਇਹਦੀ ਕੋਈ ਪਿਆਰ ਮੁਹੱਬਤ ਵਾਲੀ ਡਿਮਾਂਡ ਕਿਹੜਾ ਵੀ, ਪਿਆਰ ਮੁਹੱਬਤ ਵਾਲੀ ਡਿਮਾਂਡ ਇਹ ਨਹੀਂ ਕਿ ਆਪਾਂ ਮੁੱਲ ਹੋਰ ਕਰੀਏ ਅਤੇ ਬਾਅਦ 'ਚ ਕਿੱਥੇ ਰੌਲਾ ਪਾ ਕੇ ਥੱਲੇ ਆਈਏ ਜਨਾਬ। 3,75,000 ਰੁਪਈਆ ਮੁੱਲ, 3,75,000 ਫਾਈਨਲ ਹੈ, ਫਾਈਨਲ ਮੁੱਲ। ਕੋਈ ਪਿਆਰ ਮੁਹੱਬਤ ਕਰੋ ਇਹਦੇ 'ਚੋਂ ਵੀ, ਕੋਈ ਸੱਜਣ ਭਰਾ ਮਾੜਾ ਮੋਟਾ ਬੂਹੇ ਤਿਆਰ ਹੈ, ਮਾੜਾ ਮੋਟਾ ਚਾਹ ਪਾਣੀ ਇਹਦੇ 'ਚੋਂ। ਅੱਛਾ ਚਾਹ ਪਾਣੀ ਹੋ ਜਾਏਗਾ। ਠੀਕ ਹੋ ਗਿਆ ਜਨਾਬ ਜੀ, ਦੋਸਤੋ ਮਾਲਕਾਂ ਨੇ ਗੱਲਾਂ ਸੁਣ ਲਈਆਂ ਨੇ, ਹਰ ਇੱਕ ਚੀਜ਼ ਦੀ ਗੱਲ ਵਿੱਚ ਵੀਡੀਓ ਦੇ ਹੋਗੀ, ਗੱਲਾਂ ਰਿਕਾਰਡ ਨੇ, ਵੀਡੀਓ ਤੁਸੀਂ ਐਂਡ ਤੱਕ ਵੇਖ ਸਕਦੇ ਹੋ। ਸਾਡਾ ਰਾਬਤਾ ਨੰਬਰ 0304-5544-453, ਲੋਕੇਸ਼ਨ ਸਾਡੀ ਜ਼ਿਲ੍ਹਾ ਪਾਕਪਤਨ, ਤਹਿਸੀਲ ਆਰਫਵਾਲਾ, ਆਰਫਵਾਲੇ ਤੋਂ ਤਕਰੀਬਨ 20-25 ਕਿਲੋਮੀਟਰ ਦੇ ਫਾਸਲੇ 'ਤੇ ਖੜ੍ਹੇ ਹਾਂ, ਪਿਓਰ ਨੀਲੀ ਦੇ ਵਿੱਚ ਖੜ੍ਹੇ ਹਾਂ। ਸਾਡਾ ਰਾਬਤਾ ਨੰਬਰ 0304-5544-153, ਇਹ ਸਾਡਾ ਵਟਸਐਪ ਨੰਬਰ ਵੀ ਹੈ, ਕਾਲ ਨੰਬਰ ਵੀ ਹੈ। ਆਪਣੇ ਵੀਰ ਨੂੰ ਇਜਾਜ਼ਤ, ਇੱਕ ਨਵੀਂ ਵੀਡੀਓ ਲੈ ਕੇ ਇਸੇ ਤਰ੍ਹਾਂ ਫਿਰ ਹਾਜ਼ਰ ਹੋਵਾਂਗੇ ਜੀ, ਅੱਲਾ ਹਾਫਿਜ਼ ਜੀ।